ਅੱਛਾ ਇੱਕ ਕਕਾਰ ਵਾਲੀ ਗੱਲ ਇੱਕ ਵੀਰ ਜਰੂਰ ਪੁੱਛ ਰਿਹਾ ਸੀਗਾ ਕਕਾਰ ਹੁਣ ਤੁਹਾਡੇ ਪਾਏ ਨਹੀਂ ਕਕਾਰ ਆ ਘੜਾ ਕਕਾਰ ਤੂੰ ਮੈਂ ਹੁਣ ਚੱਲ ਆਪਣੀ ਗੱਲ ਹੋ ਗਈ ਤੂੰ ਮੈਥੋਂ ਅਜੇ ਤੱਕ ਕਿਸੇ ਪੱਤਰਕਾਰ ਨੇ ਇਸ ਬਾਰ ਨਹੀਂ ਕਰਿਆ ਸੁੱਖੀ ਮੰਗਾਣੀ ਨੇ ਆਫ ਕੈਮਰਾ ਕਰ ਲਿਆ ਮੈਨੂੰ ਆਏ ਸੀ ਵੀ ਗੱਡੇ ਕਰ ਲਏ ਇਹ ਜਦੋਂ ਪੁਲਿਸ ਆਪਣੇ ਕਕਾਰ ਦਿਖਾ ਦਿੰਦੀ ਹੈ ਕਿੱਲੀ ਤਾਂ ਟੰਗਾ ਦੀ ਅੰਦਰ ਜਾਣ ਦਿੰਦੇ ਫਿਰ ਉਦੋਂ ਮੈਂ ਇੱਥੋਂ ਰਾਸ ਨਹੀਂ ਸਵੇਰੇ ਸਵੇਰੇ ਉਹ ਚੱਕਿਆ ਮੈਨੂੰ ਹਨਾ ਬਾਲਾਂ ਦੀ ਵੇਲ ਵੀ ਤਾਂ ਹੋ ਗਈ ਸੀ ਫਿਰ ਮੈਂ ਸੋਚਿਆ ਸੀ ਵੀ ਕਕਾਰ ਤਾਂ ਹੁਣ ਆਪਣਾ ਅੰਗ ਅੰਗ ਜਿੱਤੀ ਵੱਸਦੀ ਹੈ ਆਪਾਂ ਹੋ ਗਏ ਮੈਂ ਉਹਦੇ ਵੀ ਜਿਹਦੇ ਕੋਈ ਪੁੱਛਾ ਆਪਾਂ ਲੋਕਾਂ ਨੂੰ ਦੱਸਾਂਗੇ ਫਿਰ ਉਹ ਸੀ ਰੋਸਾ ਦੱਸਣਾ ਵੀ ਆਪਾਂ ਕੀ ਕਰ ਸਕਦੇ ਹਾਂ ਵੀ ਉਹਨਾਂ ਦੇ ਚਮਚੇ ਬਣੀ ਫਿਰਦੇ ਲੋਕ ਤਾਂ ਜਿਨ੍ਹਾਂ ਨੇ ਮੇਰੇ ਕਕਾਰ ਰਾਹੇ ਸੀ ਜੇ ਹੁਣ ਮੈਂ ਅੱਜ ਤੁਹਾਨੂੰ ਮੇਰੇ ਕੋਲ ਅੱਜ ਆ ਗਏ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਕੰਮ ਕਰੋ ਤਾਂ ਕਿਹੋ ਕੱਲ੍ਹ ਹੋਰ ਨਾਂ ਚੱਲ ਪਿਆ ਮੈਂ ਜਿਨ੍ਹਾਂ ਤੋਂ ਬੇਇੱਜ਼ਤੀਆਂ ਕਰਾਈਆਂ ਤੁਸੀਂ ਉਹਨਾਂ ਨਾਲ ਰਲ ਕੇ ਟੀਮਾਂ ਬਣਾਓ ਯਾਰ ਮੈਂ ਤਾਂ ਆਪਦੇ ਵਲ ਪਟਵਾਈ ਜਾਂਦਾ ਆਪਦੇ ਪਰਿਵਾਰ ਦੀ ਬੇਇੱਜ਼ਤੀ ਆਪਦੇ ਪਿਓ ਨੂੰ ਧੱਕੇ ਬਜ਼ੁਰਗ ਨੂੰ ਸਾਰਾ ਟੱਬਰ ਮੇਰੇ ਧਰਨੇ ਮੈਂ ਲੈ ਕਿਤੇ ਮੈਂ ਧਰਨੇ ਦਾ ਟਾਈਮ ਰੱਖੂ ਤੁਸੀਂ ਆ ਹੋਰ ਪਾਸੇ ਐਸ ਐਸ ਪੀ ਡੀ ਐਸ ਪੀ ਨੂੰ ਮਿਲਣ ਲੱਗ ਜਾਓ ਜਾਂ ਮੈਨੂੰ ਮਿਲਣ ਲੱਗ ਜਾਓ ਅੱਛਾ ਇਹ ਸੀਗਾ ਚਿੱਟੇ ਵਾਲਾ ਬਾਈ ਹੋਣਾ ਤੁਹਾਡੇ ਜਿਹੜੇ ਮਾਨਸਾ ਸੀ ਬੇਸਿਕਲੀ ਮਾਨਸਾ 'ਚ ਕੰਮ ਕਰਨ ਲੱਗੇ ਕਿੰਨਾ ਕੁ ਫਰਕ ਪੈ ਗਿਆ ਚਿੱਟਾ ਯਾਰ ਲਗਭਗ ਬਹੁਤ ਘੱਟ ਅੱਜ ਵੀ ਫੜ ਲਿਆ ਕਦੇ ਦੇਖਿਆ ਉਹਨਾਂ ਨੇ ਥੋੜਾ ਚਿਰ ਪਹਿਲਾਂ ਉਹ ਫੜਿਆ ਮੁੰਡਿਆਂ ਨੇ ਸੀ ਉੱਡਦਿਆਂ ਨੇ ਬਹੁਤ ਚੰਗਾ ਹੁਣ ਟੀਮਾਂ ਬਣ ਗਈਆਂ ਨਾ ਕਿੰਨੀਆਂ ਟੀਮਾਂ ਬਣ ਗਈਆਂ ਆਪਣੇ ਮਾਨਸਾ 'ਚ ਬਹੁਤ ਟੀਮਾਂ ਨੇ ਕੰਮ ਕੁਸ਼ਕ ਸਿੰਘ ਕਰਦੇ ਹੁੰਦੇ ਨੇ ਜਿਹੜੇ ਦੂਰ ਦੂਰ ਜਾ ਕੇ ਫੜਦੇ ਹੁੰਦੇ ਹਨਾ ਰੱਬ ਉਹਨਾਂ ਨੂੰ ਪ੍ਰਸਿੱਧੀ ਦੇਵੇ ਬਾ ਬਖਸ਼ੇ ਜਿਹੜਾ ਝੋਟੇ ਨੇ ਬੀ ਲਾਇਆ ਸੀ ਉਹ ਅੱਜ ਦਰਖਤ ਬਣ ਗਿਆ ਜਿਹੜਾ ਆਪਾਂ ਬੂਟਾ ਬੂਟਿਆ ਸੀ ਬਾਬੇ ਨਾਨਕ ਨੇ ਗੁਰੂ ਗੋਬਿੰਦ ਸਿੰਘ ਨੇ ਆਪਾਂ ਤਾਂ ਕੌਣ ਹੁੰਦੇ ਬਾਬਾ ਗੁਰੂ ਗੋਬਿੰਦ ਨਾਲ ਲੋ ਬਾ ਉਹ ਮੈਂ ਇਕੱਲੇ ਨਹੀਂ ਬੋਇਆ ਸੀ ਸਮੂਤੀ ਸਾਡੇ ਸਮੁੱਚੀ ਜਿੰਨੇ ਸੀ ਬੰਦੇ ਸੀ ਤਾਂ ਜਿਹੜੇ ਬੰਦੇ ਮੇਰੇ ਨਾਲ ਖੜੇ ਸਾਰੀ ਪੰਜਾਬ ਹੀ ਤਾਂ ਉਹ ਹੁਣ ਫਲਦਾਰ ਛਾਂ ਦਾ ਰੁੱਖ ਬਣ ਗਿਆ ਗੱਲ ਕਰ ਬਾਈ ਸਿਉਂਖ ਲੱਗੀ ਨਾਲ ਸੁਭਾਵਕ ਹੈ ਵਿੱਚ ਗਦਾਰੀ ਆਉਣੀ ਸੁਭਾਵਕ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾ ਜਾਂਦਾ ਜੇ ਵਿੱਚ ਹਰੀਸ਼ ਡੋਗਰ ਸਿੰਘ ਡੋਗਰ ਵਰਗੇ ਨਾ ਹੁੰਦੇ ਠੀਕ ਹੈ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਜੇ ਗੰਗੂ ਲੰਘਾ ਆਪਣਾ ਮੁਣ ਇਹ ਗੱਲ ਕਰ ਜੇ ਗਦਾਰ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਇਹ ਕਿਸੇ ਕਮਿਊਨਿਟੀ ਆ ਨਹੀਂ ਬਿਲਕੁਲ ਸਹੀ ਗੱਲ ਹੈ ਕਹਿ ਦਿੰਦਾ ਵੀ ਹਾਂ ਆਪਾਂ ਤਾਂ ਇੱਕ ਬੰਦੇ ਨੂੰ ਕਹਿ ਰਿਹਾ ਸਿਰ ਇੱਕ ਬੰਦੇ ਦੀ ਗੱਲ ਕਰ ਰਿਹਾ ਜਾਂ ਆਪਣੇ ਜੇ ਇਤੋਂ ਦਾ ਮੋਰਚਾ ਲੱਗਿਆ ਲੋਕ ਕਿਹਨੇ ਗਦਾਰੀ ਕਰੀ ਹੈ ਭਗਤ ਸਿੰਘ ਨੂੰ ਫਾਂਸੀ ਨਾ ਲੱਗਦੀ 1903 ਜੋ ਫਾਂਸੀ ਲੱਗੀ ਉਹਦੀ ਦੇਸ਼ ਯਾਦ ਹੋਣਾ ਸੀ ਆਪਦੀ ਕ੍ਰੈਡਿਟ ਲਾਈਨ ਦੇ ਮਾਰਿਆ ਨੇ ਨਿਸਾ ਲੰਕਾ ਤਾ ਉਧਮ ਸਿੰਘ ਕਰਤਾਰ ਸਿੰਘ ਸਰਾਭੇ ਵਰਗੇ ਨੂੰ ਉੱਥੋਂ ਆਉਣ ਦੀ ਲੋੜ ਨਹੀਂ ਸੀਗੀ ਗਾਦਰੀ ਬਾਬਿਆਂ ਦਾ ਗਾਦਰੀ ਬਾਬੇ ਜਿਹੜੇ ਉਹਨਾਂ ਦੇ ਸਾਰਾ ਸਾਰਾ ਗ੍ਰੰਥ ਸਾਹਿਬ ਅੰਤ ਸੀਗਾ ਜਿਹਨੇ ਕਾਲੇ ਬਣ ਲਏ ਜੇਲ੍ਹਾਂ ਗੱਡੀਆਂ ਨੇ ਅਸਲ 'ਚ ਗੱਲ ਕੀ ਹੁੰਦੀ ਹੈ ਤਾਂ ਬਾਈ ਮਤਲਬ ਇਹ ਪਰਮਾਤਮਾ ਵੱਲੋਂ ਇੱਕ ਸੁੱਖ ਦੁੱਖ ਜਿਵੇਂ ਬਰੋਬਰ ਚੀਜ਼ ਹੈ ਨਾ ਕਦੇ ਸਵਿੰਗ ਹੁੰਦੀ ਹੈ ਚੀਜ਼ ਉੱਤੇ ਥੱਲੇ ਆਉਂਦੀ ਆ ਇਹ ਵੀ ਨਾਲ ਹੀ ਚੱਲੂ ਬਾਈ ਮਤਲਬ ਜੇ ਇੱਕ ਪਾਸੇ ਤੁਸੀਂ ਇੱਕ ਚੰਗੀ ਤਰ੍ਹਾਂ ਬਣ ਕੇ ਕੰਮ ਕਰ ਰਹੇ ਹੋ ਹੈ ਨਾ ਛੋਟੇ ਲੱਤਾਂ ਖਿੱਚਣ ਵਾਲੇ ਵੀ ਸੁਭਾਵਕ ਹੋਣਗੇ ਤੇ ਜਿਹੜੇ ਦੂਜੇ ਪਾਸੇ ਉੱਡ ਚੱਲਣ ਵਾਲੇ ਵੀ ਹੋਣਗੇ ਸਰਕਾਰਾਂ ਕੋਲ ਕਈ ਟੀਚੇ ਹੁੰਦੇ ਨੇ ਹਾਂ ਜੋ ਕਿਸੇ ਚੀਜ਼ ਹੋ ਜਾਂਦੀ ਜਦੋਂ ਆਪਣਾ ਸਿੰਘਾਂ ਦਾ ਕੰਮ ਚੱਲਿਆ ਉਹ ਸੀਗਾ ਸੀ ਤੋਂ ਬਾਅਦ ਉਹ ਕਦੇ ਨਹੀਂ ਖਤਮ ਹੋਣੇ ਸੀ ਵਿੱਚ ਗਦਾਰ ਨਾ ਹੁੰਦੇ ਉਹ ਬਲੈਕ ਯਾਰਡ ਬਾੜੇ ਸੀ ਸਰਕਾਰ ਨੇ ਬਿਲਕੁਲ ਉਵੇਂ ਜਿਵੇਂ ਹੁਣ ਇਹ ਲਹਿਰ ਚੱਲ ਪਈ ਦੇਖੋ ਮੈਂ ਪੈਸਾ ਤਾਂ ਬਦਲ ਬਣਾਉਂਦੇ ਨੇ ਫਿਰ ਲਾਸ਼ ਦਿੰਦੇ ਨੇ ਫਿਰ ਪਰਚਾ ਪਾਉਂਦੇ ਨੇ ਬੰਦਾ ਫਿਰ ਤਾਂ ਡਰ ਜਾਂਦਾ ਸਟਾਰਟਿੰਗ